ਹੁਣ ਮੈਂ ਡੈਮੋਸਟ੍ਰੇਟ ਕਰਨ ਲੱਗਿਆ ਇਨਕੈਬ। ਸਭ ਤੋਂ ਪਹਿਲਾਂ ਆਪਾਂ ਕਦੇ ਵੀ ਚਾਹੇ ਕੋਈ ਟਰੱਕ ਦੀ ਇਨਸਪੈਕਸ਼ਨ ਕਰਨੀ ਆ, ਆਪਾਂ ਮੇਕ ਸ਼ੋਰ ਕਰਨਾ ਕਿ ਆਪਣਾ ਵਹੀਕਲ ਆ ਜਿਹੜਾ ਉਹ ਸੇਫ ਹੋਵੇ। ਵਹੀਕਲ ਮਤਲਬ ਟਰੈਕਟਰ ਐਂਡ ਟ੍ਰੇਲਰ। ਤਾਂ ਇਹਦੇ 'ਚ ਆਪਾਂ ਚੈੱਕ ਕਰਨੇ ਆਪਣੇ ਦੋਨੇ ਬ੍ਰੇਕ ਅਪਲਾਈ ਨੇ ਟਰੈਕਟਰ ਅਤੇ ਟ੍ਰੇਲਰ ਦੇ। ਤਾਂ ਫਿਰ ਅਤੇ ਆਪਾਂ ਇਹ ਦੇਖਣੀ ਕਿ ਟਰਾਂਸਮਿਸ਼ਨ ਆਪਣੀ ਨਿਊਟਰਲ ਆ, ਅਤੇ ਆਪਾਂ ਡੋਰ ਖੋਲ੍ਹ ਕੇ ਵੀ ਦੇਖ ਸਕਦੇ ਹਾਂ ਜਾਂ ਮਿਰਰ 'ਚੋਂ ਆਪਾਂ ਪਿੱਛੇ ਦੇਖ ਸਕਦੇ ਹਾਂ ਕਿ ਵੀਲਸ ਚੌਕ ਆਪਾਂ ਨੂੰ ਟਾਇਰ ਦੇਖਦੇ ਹੁੰਦੇ ਆ ਟ੍ਰੇਲਰ ਦੇ। ਤਾਂ ਇਹਨੂੰ ਆਪਾਂ ਮਤਲਬ ਕਿ ਜਦੋਂ ਐਗਜ਼ਾਮ 'ਚ ਕਰਨਾ ਉਦੋਂ ਆਪਾਂ ਇੱਦਾਂ ਕਹਿ ਸਕਦੇ, ਮਾਈ ਬੋਥ ਬ੍ਰੇਕਸ ਆਰ ਅਪਲਾਈਡ, ਟਰਾਂਸਮਿਸ਼ਨ ਇਜ਼ ਇਨ ਨਿਊਟਰਲ, ਮਾਈ ਵੀਲਸ ਆਰ ਚੌਕ। ਤਾਂ ਹੁਣ ਆਪਾਂ ਕਰਨ ਲੱਗੇ ਇਨਕੈਬ, ਤਾਂ ਆਪਾਂ ਕਹਿ ਸਕਦੇ ਹਾਂ ਆਮ ਗੋਇੰਗ ਟੂ ਸਟਾਰਟ ਇਨਕੈਬ। ਤਾਂ ਇਨਕੈਬ ਸਟਾਰਟ ਕਰਨ ਤੋਂ ਪਹਿਲਾਂ ਤੁਸੀਂ ਇੰਜਨ ਆਪਣਾ ਆਫ ਰੱਖੋ, ਇਗਨੀਸ਼ਨ ਵੀ ਆਫ ਰੱਖੋ। ਤਾਂ ਪਹਿਲਾ ਸਟੈਪ ਆ ਫਸਟ ਆਈ ਟਰਨ ਔਨ ਇਗਨੀਸ਼ਨ। ਆਈਡੀਆਂ ਲਾਈਟਸ ਆਉਂਦੀਆਂ ਨੇ ਲਾਲ, ਪੀਲੀਆਂ, ਨੀਲੀਆਂ, ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਵਾਰਨਿੰਗ ਲਾਈਟਸ ਜਾਂ ਇੰਡੀਕੇਟਰਸ। ਯੂਜਲੀ ਆਪਾਂ ਇਹਨਾਂ ਨੂੰ ਇੰਡੀਕੇਟਰ ਕਹਿੰਦੇ ਹਾਂ ਆਪਣੇ ਬੈਕ ਹੋਮ ਇੰਡੀਆ 'ਚ, ਪਰ ਇਹ ਇੰਡੀਕੇਟਰ ਨਹੀਂ, ਇਹ ਸਿਗਨਲ ਹੁੰਦੇ ਆ। ਤਾਂ ਇੰਡੀਕੇਟਰਸ ਉਹ ਜਿਹੜੀਆਂ ਲਾਈਟ ਵਿੱਚ ਆ ਰਹੀਆਂ ਨੇ ਉਹਨਾਂ ਨੂੰ ਕਹਿੰਦੇ ਆ, ਅਤੇ ਉਹਨਾਂ ਨੂੰ ਇੰਡੀਕੇਟਰ ਜਾਂ ਆਪਾਂ ਵਾਰਨਿੰਗ ਲਾਈਟਸ ਕਿਉਂ ਕਹਿੰਦੇ ਹਾਂ ਕਿ ਉਹ ਇੰਡੀਕੇਟ ਕਰਦੀਆਂ ਨੇ ਕੁਛ। ਜਿੱਦਾਂ ਹੁਣ ਦੇਖੋ ਪਾਰਕਿੰਗ ਦੀ ਆ ਰਹੀ ਆ ਲਾਈਟ, ਹੈ ਨਾ, ਬੈਟਰੀ ਦੀ ਆ ਰਹੀ ਆ, ਮਤਲਬ ਇੰਡੀਕੇਟ ਕਰ ਰਹੀਆਂ ਨੇ ਕਿ ਪਾਰਕਿੰਗ ਬ੍ਰੇਕ ਔਨ ਆ, ਅਤੇ ਜਾਂ ਤੁਹਾਡੀ ਸਮਥਿੰਗ ਰੋਂਗ ਵਿਦ ਬੈਟਰੀ, ਹੈ ਨਾ। ਅਤੇ ਐਂ ਜੇ ਆਪਾਂ ਵਾਰਨਿੰਗ ਵੀ ਇਹਨੂੰ ਕਹਿ ਸਕਦੇ ਹਾਂ, ਤਾਂ ਕੁਛ ਵੀ ਕਹਿ ਲਓ, ਚਾਹੇ ਇੰਡੀਕੇਟਰ ਜਾਂ ਵਾਰਨਿੰਗ ਲਾਈਟਸ ਔਨ। ਤਾਂ ਜਦੋਂ ਦੁਬਾਰਾ ਮਾੜਾ ਜਿਹਾ ਦੱਸਣ ਲੱਗਿਆ, ਜਦੋਂ ਆਪਾਂ ਇੱਕ ਵਾਰ ਇਗਨੀਸ਼ਨ ਔਨ ਕਰਦੇ ਹਾਂ ਤਾਂ ਕਾਫੀ ਲਾਈਟ ਆਉਂਦੇ ਆ, ਆਪਾਂ ਕਹਿ ਸਕਦੇ ਹਾਂ ਆਲ ਵਾਰਨਿੰਗ ਲਾਈਟਸ ਔਰ ਇੰਡੀਕੇਟਰਸ ਆਰ ਵਰਕਿੰਗ ਐਂਡ ਪ੍ਰੈਜੈਂਟ। ਜਦੋਂ ਕੁਛ ਚੱਲ ਜਾਣ ਫਿਰ ਆਪਾਂ ਸਟਾਰਟ ਕਰਨਾ। ਤਾਂ ਪਹਿਲੀ ਗੱਲ ਆਪਾਂ ਕਹਿੰਦੇ ਹਾਂ ਟਰਨ, ਨਾਓ ਮਈ ਟਰਨ ਔਨ ਇੰਜਨ। ਤਾਂ ਜਿੱਦਾਂ ਕਿ ਆਹ ਟਰੱਕ ਦਾ ਤੁਸੀਂ ਡੈਸ਼ਬੋਰਡ ਦੇਖ ਰਹੇ ਹੋ, ਹੈ ਨਾ, ਇਹਦੇ ਉੱਪਰ ਆਹ ਜਗ੍ਹਾ ਖਾਲੀ ਆ, ਆਹ ਜਗ੍ਹਾ ਖਾਲੀ ਹੈ ਇਹਦੇ ਉੱਪਰ ਇੱਧਰਲੀ ਸਾਈਡ, ਅਤੇ ਆਹ ਜਗ੍ਹਾ ਖਾਲੀ ਹੈ ਇੱਧਰ, ਹੈ ਨਾ। ਅਤੇ ਇੱਥੇ ਵੀ ਕਈ ਵਾਰ ਗੇਜ ਹੁੰਦੀਆਂ ਨੇ ਕਈ ਟਰੱਕਸ 'ਚ, ਤਾਂ ਉਹ ਗੇਜ ਦਾ ਮੈਂ ਨਾਮ ਲੈਣ ਲੱਗਿਆ। ਸਟਾਰਟ ਕਰਨ ਤੋਂ ਬਾਅਦ ਆਪਾਂ ਗੇਜਾਂ ਨੂੰ ਵਰਕਿੰਗ ਗੁੱਡ ਕਹਿ ਦੇਣਾ, ਤਾਂ ਉਹ ਗੇਜ ਦਾ ਮੈਂ ਨਾਮ ਲੈਣ ਲੱਗਿਆ। ਤਾਂ ਆਪਾਂ ਕਹਿ ਸਕਦੇ ਹਾਂ ਇਹਨੂੰ ਇੱਥੇ ਜਿਹੜੀ ਗੇਜ ਹੁੰਦੀ ਉਹਨੂੰ ਕਹਿੰਦੇ ਆ ਐਗਜ਼ੋਸਟ ਪੈਰੋਮੀਟਰ ਗੇਜ ਵਰਕਿੰਗ ਗੁੱਡ, ਆਹ ਹੁੰਦੀ ਹੈ ਟੈਂਪਰੇਚਰ ਗੇਜ, ਆਪਾਂ ਕਹਿੰਦੇ ਟੈਂਪਰੇਚਰ ਗੇਜ ਵਰਕਿੰਗ ਗੁੱਡ, ਅਤੇ ਆਹ ਹੈਗੀ ਆ ਇੰਜਨ ਆਇਲ ਪ੍ਰੈਸ਼ਰ ਗੇਜ ਵਰਕਿੰਗ ਗੁੱਡ। ਫਿਰ ਆਪਾਂ ਰੇਸ ਦੇ ਕੇ ਥੋੜ੍ਹਾ ਜਿਹਾ ਕਹਿ ਦੇਣਾ ਕਿ ਮੇਰੇ ਆਰ ਪੀ ਐਮ ਵਰਕਿੰਗ ਗੁੱਡ। ਫਿਰ ਆਪਾਂ ਸਪੀਡੋਮੀਟਰ ਕਹਿ ਦੇਣਾ ਵਰਕਿੰਗ ਗੁੱਡ, ਕਿਉਂਕਿ ਆਪਾਂ ਖੜ੍ਹੇ ਹੁੰਦੇ ਹਾਂ ਤਾਂ ਉਹਨੂੰ ਕਹਿ ਸਕਦੇ ਹਾਂ ਸ਼ੋ ਔਨ ਰੋਡ। ਡੈਫ ਗੇਜ ਵਰਕਿੰਗ ਗੁੱਡ, ਇਨਫ ਡੈਫ ਇਨ ਦਾ ਟੈਂਕ। ਫਿਊਲ ਗੇਜ ਵਰਕਿੰਗ ਗੁੱਡ, ਇਨਫ ਫਿਊਲ ਇਨ ਦਾ ਟੈਂਕ। ਉੱਪਰ ਹੁੰਦੀ ਹੈ ਇੱਕ ਐਪਲੀਕੇਸ਼ਨ ਏਅਰ ਪ੍ਰੈਸ਼ਰ ਗੇਜ, ਜਦੋਂ ਆਪਾਂ ਬ੍ਰੇਕ ਨੱਪਦੇ ਹਾਂ ਨਾ ਉਹ ਸੂਈ ਥੋੜ੍ਹੀ ਜਿਹੀ ਖੜ੍ਹੀ ਹੁੰਦੀ ਆ, ਤਾਂ ਆਪਾਂ ਉਹਨੂੰ ਨੱਪ ਕੇ ਕਹਿ ਦੇਣਾ ਐਪਲੀਕੇਸ਼ਨ ਏਅਰ ਪ੍ਰੈਸ਼ਰ ਗੇਜ ਵਰਕਿੰਗ ਗੁੱਡ, ਜੇ ਨਹੀਂ ਆ ਬੋਲਣ ਦੀ ਲੋੜ ਨਹੀਂ। ਅਤੇ ਆਹ ਦੋਨੇ ਹੁੰਦੀਆਂ ਨੇ ਪ੍ਰੈਸ਼ਰ ਗੇਜ, ਆਪਾਂ ਕਹਿ ਦੇਣਾ ਬੋਥ ਪ੍ਰੈਸ਼ਰ ਗੇਜਿਸ ਆਰ ਏ ਨੋਰਮਲ ਓਪਰੇਟਿੰਗ ਰੇਂਜ। ਓਪਰੇਟਿੰਗ ਰੇਂਜ ਨੋਰਮਲ ਦੱਸ ਦੇਣੀ ਹੈ ਵਿੱਚ ਇਜ਼ 80 to 145, ਅਤੇ ਇਹ ਕਹਿਣਾ ਨਹੀਂ ਭੁੱਲਣਾ ਮਾਈ ਕਰੰਟ ਪ੍ਰੈਸ਼ਰ ਇਜ਼ ਜਿੰਨਾ ਵੀ ਆ ਵਿੱਚ ਸ਼ੁੱਡ ਬੀ ਬਿਟਵੀਨ 80 to 145 PSI। ਉਸ ਤੋਂ ਬਾਅਦ ਜਦੋਂ ਤੁਹਾਡੀਆਂ ਗੇਜਿਸ ਡਨ ਹੋ ਗਈਆਂ, ਆਪਣਾ ਇੱਕ ਫਲੋ 'ਚ ਚੱਲਾਂਗੇ ਇੱਦਾਂ ਇੱਦਾਂ, ਹੈ ਨਾ। ਅਤੇ ਜਦੋਂ ਆਪਣੀਆਂ ਗੇਜਿਸ ਡਨ ਹੋ ਗਈਆਂ, ਆਪਾਂ ਨਾ ਜਿਹੜੀ ਵੀ ਕੋਈ ਲਾਈਟ ਟਰੱਕ ਦੇ ਵਿੱਚ ਆ ਰਹੀ ਆ ਆਪਾਂ ਉਹਨੂੰ ਦੱਸਣਾ ਨਹੀਂ ਭੁੱਲਣਾ ਕਿ ਆਹ ਮੇਰਾ ਲਾਈਟ ਆਨ ਆ ਜਾਂ ਇੰਡੀਕੇਟਰ ਆਨ ਆ। ਜਿੱਦਾਂ ਕਿ ਕੋਈ ਵੀ ਜੈਨੂਅਨ ਟਰੱਕ ਜਾਂ ਕੋਈ ਵੀ ਜੈਨੂਅਨ ਕਾਰ ਆ, ਉਹਦੇ 'ਚ ਦੋ ਹੀ ਲਾਈਟਾਂ ਆਉਂਦੀਆਂ ਨੇ, ਪਾਰਕਿੰਗ ਅਤੇ ਸੀਟ ਬੈਲਟ। ਪਾਰਕਿੰਗ ਦੀ ਤਾਂ ਆਉਂਦੀ ਆ ਕਿਉਂਕਿ ਪਾਰਕਿੰਗ ਬ੍ਰੇਕ ਲੱਗੇ ਹੋਏ ਟਰੱਕ ਦੇ, ਸੀਟ ਬੈਲਟ ਦੀ ਤਾਂ ਇਹਦੇ 'ਚ ਕੋਈ ਪ੍ਰੋਬਲਮ ਸੈਂਸਰ 'ਚ ਹੋਣੀ ਆ ਤਾਂ ਕਰਕੇ ਨਹੀਂ ਆ ਰਹੀ, ਸੀਟ ਬੈਲਟ ਨਹੀਂ ਲਾਈ ਤਾਂ ਆਉਂਦੀ ਆ, ਠੀਕ ਹੈ ਜੀ। ਇਹ ਦੋਨੇ ਬਾਰੇ ਉਹਨੂੰ ਕਹਿ ਦੇਣਾ ਪਾਰਕਿੰਗ ਐਂਡ ਸੀਟ ਬੈਲਟ ਇੰਡੀਕੇਟਰ ਆਨ ਜਾਂ ਲਾਈਟ ਆਨ। ਉਸ ਤੋਂ ਇਲਾਵਾ ਕਈ ਦੇਖੋ ਵੋਲਵੋ 'ਚ ਮਾੜੀ ਮੋਟੀ ਸੈਂਸਰ ਦੀ ਪ੍ਰੋਬਲਮ ਆਉਂਦੀ ਰਹਿੰਦੀ ਹੈ, ਕੋਈ ਹੋਰ ਵੀ ਲਾਈਟ ਜਾਗ ਰਹੀ ਹੈ ਮੈਨਸ਼ਨ ਜ਼ਰੂਰ ਕਰ ਦਿਉ, ਜਿੱਦਾਂ ABS ਦੀ ਆ ਰਹੀ ਹੈ ਇੱਥੇ ਜਾਂ ਚੈੱਕ ਦੀ ਆ ਜੇ ਕਹਿ ਦਿਉ ABS ਐਂਡ ਚੈੱਕ ਲਾਈਟ ਆਨ ਫੋਰ ਐਗਜ਼ਾਮਪਲ, ਦੀਜ਼ ਆਰ ਸੈਂਸਰ ਇਸ਼ੂ। ਮਤਲਬ ਆਪਾਂ ਫੋਕਸ ਪਾਰਕਿੰਗ ਐਂਡ ਸੀਟ ਬੈਲਟ ਦੱਸਣ ਤੋਂ ਬਾਅਦ ਜੇ ਕੋਈ ਹੋਰ ਆਉਂਦੀ ਇਗਨੋਰ ਨਹੀਂ ਕਰ ਦੇਣਾ, ਕਹਿ ਦੇਣਾ ਕਿ ਇਹ ਸੈਂਸਰ ਇਸ਼ੂ ਆ। ਅਤੇ ਹੁਣ ਜਿੱਦਾਂ ਗੇਜਿਸ ਡਨ ਹੋ ਗਏ, ਤੁਸੀਂ ਥੋੜ੍ਹਾ ਬਾਹਰ ਆਏ, ਤੁਹਾਨੂੰ ਆਹ ਡੰਡੀਆਂ ਮਿਲੀਆਂ ਇੱਥੇ ਦੋ, ਸਿਗਨਲ ਆਪਾਂ ਨਹੀਂ ਚੈੱਕ ਕਰਨੇ, ਉਹ ਐਗਜ਼ਾਮੀਨਰ ਨੇ ਚੈੱਕ ਕਰਵਾ ਲੈਣੇ ਆ, ਆਹ ਆ ਗਏ ਵਾਈਪਰਸ, ਠੀਕ ਆ। ਅਤੇ ਆਪਾਂ ਵਾਈਪਰਸ ਚੈੱਕ ਕਰਨੇ ਆ, ਵਾਈਪਰਸ ਸਭ ਤੋਂ ਪਹਿਲਾਂ ਆਪਾਂ ਵਾਈਪਰ ਬਲੇਡ ਦੀ ਕੰਡੀਸ਼ਨ ਦੇਖਣੀ ਆ, ਤਾਂ ਉਹ ਰਬੜ ਦੇ ਨੇ, ਆਪਾਂ ਉਹਨਾਂ ਨੂੰ ਕਹਾਂਗੇ ਬੋਥ ਵਾਈਪਰ ਬਲੇਡ ਨੋ ਕੱਟ ਨੋ ਡੈਮੇਜ ਐਂਡ ਇਟਸ ਪ੍ਰੈਜੈਂਟ, ਦੀਜ਼ ਆਰ ਪ੍ਰੈਜੈਂਟ ਨੋ ਕੱਟ ਨੋ ਡੈਮੇਜ। ਹੁਣ ਇਹਨੂੰ ਪਹਿਲਾਂ ਚਲਾ ਲੈਣਾ, ਫਿਰ ਕਹਿ ਦੇਣਾ ਵਰਕਿੰਗ ਆਲ ਲੈਵਲ। ਉੱਪਰ ਇੱਕ ਚੱਲਦਾ, ਦੋ ਤਿੰਨ ਸਪੀਡ ਹੁੰਦੀਆਂ ਨੇ, ਤਿੰਨ ਚਾਰ ਸਾਰੀਆਂ ਚਲਾ ਕੇ ਕਹਿ ਦਿੰਦੇ ਆ ਵਰਕਿੰਗ ਐਟ ਆਲ ਲੈਵਲ। ਫਿਰ ਆਪਾਂ ਇਹਦਾ ਜਿਹੜਾ ਪਾਣੀ ਵਾਲਾ ਸਿਸਟਮ ਆ ਉਹਨੂੰ ਵਾਸ਼ਰ ਕਹਿੰਦੇ ਆ, ਉਹਨੂੰ ਕਰਨਾ ਔਨ ਕਰਕੇ ਕਹਿ ਦੇਣਾ ਮਾਈ ਵਾਸ਼ਰ ਵਰਕਿੰਗ ਗੁੱਡ। ਅਤੇ ਫਿਰ ਆਪਾਂ ਕਹਿ ਦੇਣਾ ਆਈ ਹੈਵ ਇਨਫ ਵਾਸ਼ਰ ਫਲੂਇਡ ਇਨ ਮਾਈ ਟੈਂਕ, ਅਤੇ ਕੀ ਕਰਦੇ ਨੇ ਆਪਾਂ ਨੂੰ, ਇਟ ਹੈਲਪ ਮੀ ਪ੍ਰੋਵਾਈਡ ਕਲੀਅਰ ਵਿਊ ਥਰੂ ਦਾ ਵਿੰਡਸ਼ੀਲਡ, ਹੈ ਨਾ। ਫਿਰ ਉਸ ਤੋਂ ਉੱਪਰ ਆਪਾਂ ਥੋੜ੍ਹਾ ਹੱਥ ਉੱਪਰ ਹੋਰ ਚੱਕਣਾ, ਫਿਰ ਉੱਪਰ ਤੁਹਾਨੂੰ ਸਟੇਅਰਿੰਗ ਮਿਲ ਜੂ। ਸਟੇਅਰਿੰਗ ਨੂੰ ਚਾਰ ਗੱਲਾਂ ਦੇਖੋ, ਫਲੋ ਨਹੀਂ ਭੁੱਲਣਾ,
ਆਪਾਂ ਗੇਜਾਂ ਕੀਤੀਆਂ ਸੀ ਇੱਦਾਂ ਆਏ ਆਹ ਦੋ ਡੰਡੀਆਂ ਮਿਲੀਆਂ ਸਿਗਨਲ ਨਾਲ ਆਪਾਂ ਨੂੰ ਕੋਈ ਮਤਲਬ ਨਹੀਂ ਆਹ ਵਾਈਪਰ ਦੀ ਡੰਡੀ ਕਰਤੀ ਵਾਈਪਰ ਦੇ ਉੱਪਰ ਹੁੰਦੀ ਇੰਜਨ ਬ੍ਰੇਕ ਇਹ ਤੁਹਾਨੂੰ ਜਦੋਂ ਟ੍ਰੇਨਿੰਗ ਦੇ ਦੌਰਾਨ ਦੱਸਣਗੇ ਕਿੱਦਾਂ ਅਪਲਾਈ ਕਰੀਦੀ ਆ ਪਰ ਟੈਸਟ 'ਚ ਤੁਸੀਂ ਇਹਦਾ ਕੋਈ ਜ਼ਿਕਰ ਨਹੀਂ ਕਰਨਾ ਪਰ ਇੰਜਨ ਬ੍ਰੇਕ ਹੁੰਦੇ ਆ ਤੁਹਾਡੇ ਵਾਈਪਰ ਹੋ ਗਏ ਵਾਈਪਰ ਤੋਂ ਉੱਪਰ ਆਏ ਸਟੇਅਰਿੰਗ ਸਟੇਅਰਿੰਗ 'ਤੇ ਚਾਰ ਗੱਲਾਂ ਕੀ ਨੇ ਪਹਿਲਾਂ ਤਾਂ ਸਟੇਅਰਿੰਗ ਦੇ ਥੱਲੇ ਇੱਕ ਫੁੱਟ 'ਚ ਹੁੰਦਾ ਸਾਰਿਆਂ ਨੂੰ ਪਤਾ ਹੀ ਆ ਤੁਸੀਂ ਟ੍ਰੇਨਿੰਗ ਲੈਂਦੇ ਹੋ ਕਿ ਇਹ ਐਡਜਸਟੇਬਲ ਆ ਇੱਥੇ ਇਹਦੇ ਲੱਗਿਆ ਤਾਂ ਤੁਸੀਂ ਉਹਨੂੰ ਨੱਪ ਕੇ ਪਹਿਲਾ ਪੁਆਇੰਟ ਕਹਿਣਾ ਮਾਈ ਸਟੇਅਰਿੰਗ ਇਜ਼ ਐਡਜਸਟੇਬਲ ਐਂਡ ਐਡਜਸਟ ਟੂ ਮੀ ਦੂਜਾ ਕਹਿ ਦੇਣਾ ਇਟ ਇਜ਼ ਅਟੈਚਡ ਟੂ ਦੀ ਟਰੈਕਟਰ ਬੋਡੀ ਤੀਜਾ ਪੁਆਇੰਟ ਤੁਸੀਂ ਆਲ ਦਾ ਵੇ ਲੈਫਟ ਟਰਨ ਕਰਨਾ ਕਰ ਲਿਆ ਲੈਫਟ ਟਰਨ ਅਤੇ ਆਪਣਾ ਮੂੰਹ ਬਾਹਰ ਕੱਢਣਾ ਅਤੇ ਟਾਇਰ ਨੂੰ ਵਾਚ ਕਰਨਾ ਉਹ ਬਾਹਰ ਨੂੰ ਆਜੂ ਤਾਂ ਕਹਿ ਦੇਣਾ ਮਾਈ ਸਟੇਅਰਿੰਗ ਵਰਕਿੰਗ ਵੈਲ ਟੂ ਦੀ ਲੈਫਟ ਸਾਈਡ ਫਿਰ ਤੁਸੀਂ ਰਾਈਟ ਟਰਨ ਕਰ ਦੇਣਾ ਫਿਰ ਬਾਹਰ ਮੂੰਹ ਕੱਢ ਕੇ ਦੇਖਣਾ ਟਾਇਰ ਨੂੰ ਤਾਂ ਕਹਿਣਾ ਸਟੇਅਰਿੰਗ ਵਰਕਿੰਗ ਵੈਲ ਟੂ ਦੀ ਰਾਈਟ ਸਾਈਡ ਉਸ ਤੋਂ ਬਾਅਦ ਤੁਸੀਂ ਸੈਂਟਰ 'ਚ ਕਰਕੇ ਇਹਨੂੰ ਇਹਦੀ ਫ੍ਰੀ ਪਲੇ ਕਹਿੰਦੇ ਆ ਕਹਿਣਾ ਇਟ ਹੈਜ਼ ਨੋ ਐਕਸਟਰਾ ਫ੍ਰੀ ਪਲੇ ਤਾਂ ਆਪਣੇ ਚਾਰ ਪੁਆਇੰਟ ਇਹਦੇ ਡਨ ਹੋ ਗਏ ਫਿਰ ਇਦੋਂ ਬਾਅਦ ਤੁਸੀਂ ਹੱਥ ਨੂੰ ਇੱਦਾਂ ਕਰ ਲੈਣਾ ਤਾਂ ਤੁਸੀਂ ਇੱਥੇ ਚਲੇ ਗਏ ਇੱਥੇ ਤਿੰਨ ਬਟਨ ਨੇ ਪਹਿਲਾ ਫੈਨ ਦਾ ਦੂਜਾ ਟੈਂਪਰੇਚਰ ਕੰਟਰੋਲ ਦਾ ਤੀਜਾ ਆਪਣੀ ਸੈਟਿੰਗ ਦਾ ਤਾਂ ਤੁਸੀਂ 1 2 3 ਐਂਟੀ ਕਲੋਕ ਵਾਈਜ਼ ਕਰਨਾ ਦੇਖੋ ਇਹਦਾ ਤਾਂ ਇੱਕੋ ਹੀ ਫੰਕਸ਼ਨ ਆ ਫੈਨ ਅਤੇ ਇਕੱਲਾ ਫੈਨ ਚੈੱਕ ਕਰਨਾ ਇਹਦੇ ਦੋ ਫੰਕਸ਼ਨ ਆ ਕੂਲ ਅਤੇ ਹੀਟ ਆਪਾਂ ਇਕੱਲੀ ਹੀਟ ਚੈੱਕ ਕਰਨੀ ਹੈ ਚਾਹੇ ਗਰਮੀਆਂ ਨੇ ਚਾਹੇ ਸਰਦੀਆਂ ਨੇ ਇਹਦੇ ਮਲਟੀਪਲ ਫੰਕਸ਼ਨ ਆ ਤੁਸੀਂ ਸਿਰਫ ਡੀਫਰੋਸਟਰ ਚੈੱਕ ਕਰਨਾ ਪਰ ਸਟਾਰਟ ਕਰਨ ਤੋਂ ਪਹਿਲਾਂ ਮੇਕ ਸ਼ੋਰ ਕਿ ਇਹ ਫੇਸ 'ਤੇ ਹੋਵੇ ਦੇਖੋ ਜੇ ਤੁਸੀਂ ਫੈਨ ਤੁਹਾਡਾ ਆਲਰੇਡੀ ਚੱਲ ਰਿਹਾ ਫਿਰ ਭਾਵੇਂ ਫੈਨ ਨੂੰ ਤੁਸੀਂ ਨਾ ਵੀ ਕਹੋ ਵੀ ਵਰਕਿੰਗ ਗੁੱਡ ਆ ਹੈ ਨਾ ਪਰ ਫੈਨ ਤਾਂ ਚੱਲਣਾ ਹੀ ਚਾਹੀਦਾ ਜੇ ਆਪਾਂ ਹੀਟ ਜਾਂ ਚੀਜ਼ ਚੈੱਕ ਕਰਨੀ ਹੈ ਤਾਂ ਇਸ ਕਰਕੇ ਪਹਿਲਾਂ ਫੈਨ ਉਹਨੂੰ ਕਹਿ ਦਿਉ ਆਹ ਫੇਸ 'ਤੇ ਹੋਣਾ ਚਾਹੀਦਾ ਹੁਣ ਕਰਨਾ 1 ਨੰਬਰ ਕੀ ਆ ਫੈਨ ਪਿਆਰ ਨਾਲ ਚੈੱਕ ਕਰਕੇ ਹੱਥ ਇੱਥੇ ਰੱਖ ਲਓ ਹੈ ਨਾ ਪਿਆਰ ਨਾਲ ਸਾਰੇ ਲੈਵਲ ਚੈੱਕ ਕਰੋ ਫੈਨ ਇਜ਼ ਵਰਕਿੰਗ ਐਟ ਆਲ ਲੈਵਲ ਫੁੱਲ 'ਤੇ ਰਹਿਣ ਦਿਉ ਫਿਰ ਹੀਟ 'ਤੇ ਘੁਮਾ ਦਿਉ ਠੀਕ ਆ ਹੀਟ 'ਤੇ ਕਹਿ ਕੇ ਨਾਓ ਆਈ ਚੈੱਕ ਹੀਟ ਜੇ ਐਗਜ਼ਾਮਿਨਰ ਰੋਕਦੇ ਵੱਖਰੀ ਗੱਲ ਆ ਕਿਉਂਕਿ ਕਈ ਵਾਰ ਗਰਮੀਆਂ ਹੁੰਦੀਆਂ ਨੇ ਨਹੀਂ ਜਦੋਂ ਤੱਕ ਹੀਟ ਨਹੀਂ ਆਉਂਦੀ ਉਹ ਤਾਂ ਕਹਿਣਾ ਨਹੀਂ ਤਾਂ ਹੁਣ ਕਹਿ ਦੇਣਾ ਹੀਟ ਇਜ਼ ਵਰਕਿੰਗ ਵੈਲ ਫੈਨ ਹੋ ਗਿਆ ਹੀਟ ਹੋ ਗਈ ਤੀਜਾ ਡੀਫਰੋਸਟਰ ਡੀਫਰੋਸਟਰ 'ਤੇ ਲਾ ਦੇਣਾ ਹਵਾ ਉੱਪਰ ਆਊਗੀ ਠੀਕ ਆ ਜਿੰਨਾ ਚਿਰ ਹਵਾ ਨਹੀਂ ਆਉਂਦੀ ਉਨੀ ਦੇਰ ਕੁਛ ਨਹੀਂ ਕਹਿਣਾ ਹਵਾ ਆਈ ਕਹਿ ਦੇਣਾ ਮਾਈ ਡੀਫਰੋਸਟਰ ਇਜ਼ ਵਰਕਿੰਗ ਵੈਲ ਬੰਦ ਕਰ ਦੇਣਾ ਅਤੇ ਕਹਿ ਦੇਣਾ ਮਾਈ ਡੀਫਰੋਸਟਰ ਇਜ਼ ਵਰਕਿੰਗ ਐਟ ਆਲ ਲੈਵਲ ਚੈੱਕ ਕਰਕੇ ਬਾਅਦ 'ਚੋਂ ਡੀਫਰੋਸਟਰ ਕੀ ਕਰਦਾ ਇਟ ਹੈਲਪ ਮੀ ਪ੍ਰੋਵਾਈਡ ਕਲੀਅਰ ਵਿਊ ਥਰੂ ਦਾ ਵਿੰਡਸ਼ੀਲਡ ਬਾਅਦ 'ਚੋਂ ਤੁਹਾਡੀ ਮਰਜ਼ੀ ਆ ਏ ਸੀ ਲਾਉਣਾ ਏ ਸੀ ਲਾ ਲਓ ਬੰਦ ਕਰਨਾ ਬੰਦ ਕਰ ਦਿਉ ਦੇਖੋ ਮੈਂ ਦੁਬਾਰਾ ਦੱਸਣ ਲੱਗਿਆਂ ਫਲੋ ਨਹੀਂ ਭੁੱਲਣਾ ਆਪਾਂ ਗੇਜਾਂ ਕੀਤੀਆਂ ਸੀ ਥੋੜ੍ਹਾ ਐਂ ਆਏ ਆਪਾਂ ਨੂੰ ਮਿਲੇ ਦੋ ਡੰਡੀਆਂ ਸਿਗਨਲ ਦੀ ਅਤੇ ਇੱਧਰ ਰਾਈਟ ਸਾਈਡ ਮਿਲੀ ਇੱਧਰ ਵਾਈਪਰ ਦੀ ਤਾਂ ਸਿਗਨਲ ਆਪਾਂ ਨਹੀਂ ਚੈੱਕ ਕਰਾਉਣੇ ਆਪਾਂ ਸਿਰਫ ਵਾਈਪਰ ਚੈੱਕ ਕਰਨੇ ਆ ਇੰਜਨ ਬ੍ਰੇਕ ਆਪਾਂ ਨੂੰ ਟ੍ਰੇਨਿੰਗ 'ਚ ਦੱਸਣਗੇ ਤੁਹਾਨੂੰ ਐਗਜ਼ਾਮ 'ਚ ਨਹੀਂ ਲੋੜ ਪੈਂਦੀ ਵਾਈਪਰ ਕੀਤੇ ਉੱਪਰ ਆ ਗਏ ਆਪਾਂ ਸਟੇਅਰਿੰਗ 'ਤੇ ਸਟੇਅਰਿੰਗ ਫਿਨਿਸ਼ ਕੀਤਾ ਸੀ ਇੱਥੇ ਆ ਗਏ ਆਪਾਂ ਹੀਟਰ ਡੀਫਰੋਸਟਰ 'ਤੇ ਹੁਣ ਇਦੋਂ ਬਾਅਦ ਆਪਾਂ ਆਪਣੇ ਹੱਥ ਇੱਦਾਂ ਕਰ ਲੈਣੇ ਆ ਜਿੱਦਾਂ ਐਰੋਪਲੇਨ ਦੇ ਨਹੀਂ ਵਿੰਗਸ ਹੁੰਦੇ ਉੱਦਾਂ ਤਾਂ ਜੇ ਤੁਸੀਂ ਇੱਦਾਂ ਕਰ ਲਓਗੇ ਸੱਜੇ ਖੱਬੇ ਆਪਣੇ ਹੱਥ ਤਾਂ ਤੁਹਾਨੂੰ ਨਜ਼ਰ ਆਊਗਾ ਆਪਣਾ ਕੀ ਕਹਿੰਦੇ ਆ ਗਲਾਸ ਐਂਡ ਮਿਰਰ ਦੇਖੋ ਜਦੋਂ ਤੁਸੀਂ ਗਲਾਸ ਐਂਡ ਮਿਰਰ ਚੈੱਕ ਕਰਨੇ ਨੇ ਨਾ ਬਸ ਤੁਸੀਂ ਇਹੀ ਕਹਿਣਾ ਕਿ ਸਾਫ਼ ਸੁਥਰੇ ਆ ਅਤੇ ਕੋਈ ਟੁੱਟਿਆ ਭੱਜਿਆ ਨਹੀਂ ਹੈਗਾ ਹੈ ਨਾ ਅਤੇ ਬਾਕੀ ਮੈਂ ਤੁਹਾਨੂੰ ਨਾਲ ਨਾਲ ਦੱਸਦਾ ਵੀ ਸਾਫ਼ ਸੁਥਰੇ ਆ ਕਿ ਟੁੱਟਿਆ ਭੱਜਿਆ ਨਹੀਂ ਹੈ ਨਾ ਅਤੇ ਅਟੈਚ ਪ੍ਰੋਪਰਲੀ ਨੇ ਪਹਿਲਾਂ ਆਪਾਂ ਮਿਰਰਸ ਦੀ ਗੱਲ ਕਰ ਲਈਏ ਆਪਾਂ ਕਹਿ ਦੇਣਾ ਆਲ ਮਿਰਰਸ ਪ੍ਰੈਜੈਂਟ ਠੀਕ ਹੈ ਫਿਰ ਸਪੈਸੀਫਾਈ ਕਰਦੇ ਹਾਂ ਤਾਂ ਕਹਿ ਦੇਣਾ ਬਹੁਤ ਸਾਈਡ ਮਿਰਰ ਵੀ ਸੱਜਾ ਖੱਬਾ ਹੈਗਾ ਅਤੇ ਬਹੁਤ ਹੁੱਡ ਮਿਰਰ ਅਤੇ ਇੱਕ ਉਹ ਜਿਹੜਾ ਅਪਰ ਮਿਰਰ ਹੁੰਦਾ ਉਹਨੂੰ ਬਲਾਈਂਡ ਸਪੋਟ ਮਿਰਰ ਵੀ ਕਹਿ ਸਕਦੇ ਹਾਂ ਜਿਹੜਾ ਉੱਪਰ ਹੁੰਦਾ ਟਾਕੀ 'ਤੇ ਲੱਗਿਆ ਉਹ ਦੇਖੋ ਹਾਂ ਅਤੇ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਪ੍ਰੈਜੈਂਟ ਆ ਤਾਂ ਆਪਾਂ ਕਹਿ ਦੇਣਾ ਸਾਰੇ ਸਾਫ਼ ਸੁਥਰੇ ਆ ਆਲ ਆਰ ਨੀਟ ਐਂਡ ਕਲੀਨ ਆਲ ਹੈਵ ਨੋ ਕਰੈਕ ਨੋ ਡੈਮੇਜ ਨਥਿੰਗ ਬਰੋਕਨ ਅਤੇ ਐਂਡ 'ਚ ਕਹਿ ਦੇਣਾ ਚੌਥੀ ਗੱਲ ਜਿਹੜੀ ਆਲ ਆਰ ਐਡਜਸਟ ਅਕੋਰਡਿੰਗ ਟੂ ਮੀ ਐਂਡ ਗਿਵ ਮੀ ਆ ਕਲੀਅਰ ਵਿਊ ਹੈ ਨਾ ਫਿਰ ਮਿਰਰ ਕਰਤੇ ਸੀ ਹੁਣ ਨਾਲ ਹੀ ਗਲਾਸ ਆਲ ਗਲਾਸ ਪ੍ਰੈਜੈਂਟ ਦੱਸਦੇ ਨੇ ਕਿਹੜੇ ਕਿਹੜੇ ਵਿੰਡਸ਼ੀਲਡ ਬੈਕ ਗਲਾਸ ਬੋਥ ਵਿੰਡੋ ਗਲਾਸ ਆਲ ਆਰ ਨੀਟ ਐਂਡ ਕਲੀਨ ਆਲ ਹੈਵ ਨੋ ਕਰੈਕ ਨੋ ਡੈਮੇਜ ਨਥਿੰਗ ਬਰੋਕਨ ਅਤੇ ਆਪਾਂ ਕਹਿ ਸਕਦੇ ਹਾਂ ਫਰੰਟ ਅਤੇ ਬੈਕ ਗਲਾਸ ਵਿੰਡਸ਼ੀਲਡ ਅਤੇ ਬੈਕ ਗਲਾਸ ਅਟੈਚ ਟੂ ਦੀ ਟਰੈਕਟਰ ਬੋਡੀ ਅਤੇ ਉਸ ਤੋਂ ਬਾਅਦ ਦੇਖੋ ਆਪਣਾ ਜੇ ਕੋਈ ਵੀ ਆਪਾਂ ਬੰਦੇ ਇੱਦਾਂ ਹੱਥ ਆਪਣੇ ਵਿੰਗਸ ਦੀ ਐਰੋਪਲੇਨ ਦੀ ਵਿੰਗ ਮਤਲਬ ਜਹਾਜ਼ ਦੇ ਖੰਭਾਂ ਦੀ ਤਰ੍ਹਾਂ ਇੱਦਾਂ ਖੜ੍ਹੇ ਰੱਖੀਏ ਸਾਰਾ ਦਿਨ ਤਾਂ ਬੰਦਾ ਖੜ੍ਹਾ ਰੱਖ ਨਹੀਂ ਸਕਦਾ ਥੱਕ ਜੂ ਹੱਥ ਆਉਣਗੇ ਥੱਲੇ ਤਾਂ ਥੱਲੇ ਕੀ ਹੈਗੀ ਡਰਾਈਵਰ ਸੀਟ ਅਤੇ ਜਿਹੜੀ ਡਰਾਈਵਰ ਸੀਟ ਆ ਉਹਨੂੰ ਆਪਾਂ ਮਤਲਬ ਕਿ ਬਿਨਾਂ ਸੀਟ ਬੈਲਟ ਅਤੇ ਟੈਥਰ ਬੈਲਟ ਤੋਂ ਨਹੀਂ ਕਰਨਾ ਜਿਹੜੇ ਕਿ ਮੋਸਟਲੀ ਸਟੂਡੈਂਟ ਭੁੱਲ ਜਾਂਦੇ ਆ ਤਾਂ ਸੀਟ ਨੂੰ ਚਾਰ ਗੱਲਾਂ ਕਹਿਣੀਆਂ ਨੇ ਆਪਾਂ ਸੀਟ ਨੂੰ ਚਾਰੇ ਪਾਸੇ ਦੇਖਣਾ ਆਪਾਂ ਲੈਫਟ
ਅੱਗੇ ਰਾਈਟ ਲੈਫਟ ਅੱਗੇ ਦੇਖ ਕੇ ਸਾਰੀ ਸੋਫਟ ਆ ਤੇ ਇਦਾਂ ਮਾੜਾ ਜਿਹਾ ਚੈੱਕ ਕਰਕੇ ਕਹਿ ਦੇਣਾ ਮਾਈ ਸੀ ਡਰਾਈਵਰ ਸੀ ਨੋ ਕੱਟ ਨੋ ਡੈਮੇਜ। ਦੂਜਾ ਪੁਆਇੰਟ ਸਾਈਡਵੇਜ਼ ਸ਼ੇਕ ਕਰਨਾ ਆਪਾਂ ਖੱਬੇ ਸੱਜੇ ਤਾਂ ਕਹਿ ਦੇਣਾ ਇਟ ਇਜ਼ ਅਟੈਚ ਟੂ ਦੀ ਟਰੈਕਟਰ ਬੋਡੀ। ਫਿਰ ਆਪਾਂ ਤੀਜੀ ਗੱਲ ਕਰਨੀ ਆ ਕਿ ਅੱਗੇ ਪਿੱਛੇ ਹੁੰਦੀ ਹੈ, ਇਟ ਇਜ਼ ਐਡਜਸਟੇਬਲ ਐਡਜਸਟ ਟੂ ਮੀ। ਅਤੇ ਚੌਥੀ ਗੱਲ ਆਪਾਂ ਇਹ ਕਹਿਣਾ ਵੀ ਜਿੱਥੇ ਮੈਂ ਐਡਜਸਟ ਕਰਤੀ ਉੱਥੇ ਲੋਕ ਆ। ਇੱਦਾਂ ਕਰਕੇ ਅੱਗੇ ਨੂੰ ਝਟਕਾ ਮਾਰ ਕੇ ਕਹਿਣਾ ਇਟ ਰਿਮੇਨ ਇਨ ਸੈੱਟ ਪੁਜੀਸ਼ਨ। ਇਹਦਾ ਮਤਲਬ ਇਹ ਹੈ ਕਿ ਮੰਨ ਲਓ ਤੁਸੀਂ ਰੇਸ ਦਿੱਤੀ ਪਿੱਛੇ ਨਹੀਂ ਚੱਲ ਗਈ, ਬ੍ਰੇਕ ਦਿੱਤੀ ਅੱਗੇ ਨਹੀਂ ਲੱਗੀ, ਹੁਣ ਸੀਟ ਬੈਲਟ ਅਤੇ ਆਹ ਸੀਟ ਬੈਲਟ ਨੂੰ ਖਿੱਚ ਲੈਣਾ ਤਾਂ ਕਹਿ ਦੇਣਾ ਸੀਟ ਬੈਲਟ ਦੇ ਕੋਈ ਸੌ ਕੱਪੜੇ ਦੀ ਇਹਨੂੰ ਕਹਾਂਗੇ ਆਪਾਂ ਨੋ ਕੱਟ ਨੋ ਡੈਮੇਜ। ਅਤੇ ਇੱਥੋਂ ਕਹਿ ਦੇਣਾ ਅਟੈਚ ਟੂ ਦੀ ਉੱਪਰ ਲੱਗੀ ਹੁੰਦੀ ਹੈ ਬੱਕਲ ਅਟੈਚ ਟੂ ਦਾ, ਇੱਥੋਂ ਕਹਿ ਦੇਣਾ ਆਪਾਂ ਅਟੈਚ ਟੂ ਦੀ ਟਰੈਕਟਰ ਬੋਡੀ, ਠੀਕ ਹੈ ਜੀ। ਫਿਰ ਆਪਾਂ ਆ ਜਾਣਾ ਥੱਲੇ, ਆਹ ਹੁੰਦਾ ਟੈਥਰ, ਆਹ ਕਾਲਾ ਪਾਰਟ ਆ ਜਿਹੜਾ ਇੰਨਾ, ਆਹ ਇੱਥੋਂ ਲੈ ਕੇ ਆਹ ਇੱਥੇ ਤੱਕ ਆ ਜਿਹਦੇ 'ਚ ਪੈਂਦਾ, ਇਹਨੂੰ ਟੈਥਰ ਕਹਿੰਦੇ ਆ ਆਹ ਚੀਜ਼ ਨੂੰ। ਅਤੇ ਟੈਥਰ ਇਹਨੂੰ ਹਾਰਡ ਪਲਾਸਟਿਕ ਇਹਨੂੰ ਕਹਿ ਦੇਣਾ, ਨੋ ਕਰੈਕ ਨੋ ਡੈਮੇਜ ਨਥਿੰਗ ਬਰੋਕਨ। ਤਾਂ ਇਹਦੇ ਵਿੱਚ ਆਪਾਂ ਪਾਉਣੇ ਹੁੰਦੇ ਹਾਂ ਬੱਕਲ, ਬੱਕਲ ਵੀ ਹਾਰਡ ਆ ਇਹਨੂੰ ਕਹਿ ਦੇਣਾ ਨੋ ਕਰੈਕ ਨੋ ਡੈਮੇਜ ਨਥਿੰਗ ਬਰੋਕਨ। ਫਿਰ ਆਪਾਂ ਇੱਕ ਵਾਰ ਇਹਨੂੰ ਲੋਕ ਕਰ ਦੇਣਾ, ਲੋਕ ਕਰਕੇ ਨਾ ਖਿੱਚ ਕੇ ਕਹਿ ਦੇਣਾ ਇਟ ਲੋਕ ਗੁੱਡ ਅਨਲੋਕ ਗੁੱਡ, ਠੀਕ ਆ। ਥੱਲੇ ਆ ਟੇਥਰ ਬੈਲਟ, ਆ ਟੇਥਰ ਬੈਲਟ ਆ ਜਿਹੜੀ ਇਹਨੂੰ ਆਪਾਂ ਕਹਿਣਾ ਵੀ ਪ੍ਰੈਜੈਂਟ ਆ, ਨੋ ਕੱਟ ਨੋ ਡੈਮੇਜ ਅਟੈਚ ਟੂ ਦੀ ਟਰੈਕਟਰ ਬੋਡੀ। ਐਂ ਸੇਮ ਇੱਦਾਂ ਦੀ ਟੈਥਰ ਬੈਲਟ ਦੂਜੀ ਸਾਈਡ ਹੁੰਦੀ ਆ, ਤੁਸੀਂ ਡੋਰ ਖੋਲ੍ਹ ਕੇ ਚੈੱਕ ਕਰਕੇ ਉਹਨੂੰ ਕਹਿ ਸਕਦੇ ਹੋ ਕਿ ਅਦਰ ਸਾਈਡ ਟੀਥਰ ਬੈਲਟ ਪ੍ਰੈਜੈਂਟ ਨੋ ਕੱਟ ਨੋ ਡੈਮੇਜ। ਇੰਨੀ ਚੀਜ਼ਾਂ ਹੁੰਦੀਆਂ ਨੇ ਵੀਰੇ ਜਿਹੜੀਆਂ ਆਪਾਂ ਕਵਰ ਕਰਨੀਆਂ ਨੇ। ਸਭ ਤੋਂ ਮੇਨ ਜਿਹੜਾ ਵਾ ਇਹਦੇ 'ਚ ਫਲੋ ਆ। ਦੇਖੋ ਤੁਸੀਂ ਇਗਨੀਸ਼ਨ ਆਨ ਕਰਕੇ ਸਟਾਰਟ ਕਰਕੇ ਗੇਜਾਂ ਕੀਤੀਆਂ, ਗੇਜਾਂ ਖਤਮ ਕਰਕੇ ਲਾਈਟਾਂ ਦੱਸਣੀਆਂ ਨਹੀਂ ਭੁੱਲਣੀਆਂ, ਪਾਰਕਿੰਗ ਅਤੇ ਸੀਟ ਬੈਲਟ ਲਾਈਟ। ਫਿਰ ਆਪਾਂ ਪਿੱਛੇ ਆਏ ਹੈ ਨਾ, ਆਹ ਦੋ ਡੰਡੀਆਂ ਮਿਲੀਆਂ ਵਾਈਪਰ ਅਤੇ ਸਿਗਨਲ, ਆਪਾਂ ਵਾਈਪਰ ਕਰਨੇ ਆ। ਉੱਪਰ ਆਏ ਆਪਾਂ ਸਟੇਅਰਿੰਗ ਕਰਨਾ, ਫਿਰ ਹੱਥ ਇੱਦਾਂ ਚੱਲ ਜਾਣੇ ਆ ਤੁਹਾਡੇ। ਅਤੇ ਫਿਰ ਤੁਸੀਂ ਕੀ ਕਰਨਾ, ਹੀਟ ਆਹ ਤਿੰਨੇ ਬਟਨ ਕਰਨੇ, ਫੈਨ ਹੀਟ ਡਿਫਰੋਸਟਰ। ਫਿਰ ਹੱਥ ਇੱਦਾਂ ਖੜ੍ਹੇ ਕਰ ਲੈਣੇ ਆ ਤੁਸੀਂ ਤਾਂ ਤੁਹਾਨੂੰ ਨਜ਼ਰ ਆਉਣ ਲੱਗ ਜਾਣਗੇ, ਗਲਾਸ ਐਂਡ ਮਿਰਰ ਕਰਨੇ ਆ। ਫਿਰ ਵੀਰੇ ਹੱਥ ਬਿਲਕੁਲ ਥੱਲੇ ਲਿਆਉਣੇ ਆ। ਫਿਰ ਡਰਾਈਵਰ ਸੀਟ ਕਰਨੀ ਆ, ਡਰਾਈਵਰ ਸੀਟ ਬਿਨਾਂ ਸੀਟ ਬੈਲਟ ਅਤੇ ਟੈਥਰ ਬੈਲਟ ਤੋਂ ਨਹੀਂ ਕਰਨੀ। ਇੰਨੀਆਂ ਕੁ ਚੀਜ਼ਾਂ ਨੇ, ਹੋਰ ਵਾਧੂ ਤੁਹਾਨੂੰ ਦੱਸਣ ਦੀ ਲੋੜ ਨਹੀਂ। ਅਤੇ ਬਾਕੀ ਤੁਸੀਂ ਆਲ ਗੁੱਡ ਆ ਵੀਰੇ, ਦੈਟਸ ਮਤਲਬ ਇਨ ਕੈਬ ਡਨ ਆਪਣੇ।